ਅਸਲ ਵੀਰੋ, ਮੈਂ ਚਰਨਜੀਤ ਸਿੰਘ ਜੀ ਸਵਾਗਤ ਕਰਦਾ ਸਾਰਿਆਂ ਦਾ ਗਿਆਨ ਇੰਪਲੀਮੈਂਟ ਚੈਨਲ 'ਤੇ। ਵੀਰੋ, ਅੱਜ ਮੈਂ ਲੈ ਕੇ ਆਇਆ ਜੀਪ ਟਰੋਲੀ, ਹੈਵੀ ਡਿਊਟੀ, ਸਾਈਜ਼ ਇਹਦਾ 7 ਫੁੱਟ ਲੰਬਾ ਗਾ, ਔਰ ਇਹਦੀ ਜਿਹੜੀ ਸ਼ੀਟ ਲੱਗੀ ਹੈਗੀ 12 ਗੇਜ ਦੀ ਸ਼ੀਟ ਲੱਗੀ ਹੈਗੀ, ਔਰ ਟਾਟਾ ਦੀ ਸ਼ੀਟ ਲੱਗੀ ਆ। ਬਾਕੀ ਜਿਹੜੀ ਇਹਦੀ ਚਾਸੀ ਨੂੰ ਜਿੰਨਾ ਚੈਨਲ ਲੱਗਿਆ ਸਾਰਾ ਸੇਲ ਕੰਪਨੀ ਦਾ ਚੈਨਲ ਲੱਗਿਆ। ਹੈਵੀ ਡਿਊਟੀ 5.5 ਦਾ ਚੈਨਲ ਲੱਗਿਆ ਹੈ, ਤੁਸੀਂ ਦੇਖ ਸਕਦੇ ਹੋ। ਬਾਕੀ ਵੀਰੋ ਦੇਖ ਸਕਦੇ ਹੋ, ਮੋਡੀਫਿਕੇਸ਼ਨ ਲਈ ਸਾਰਾ ਕੁਝ ਲੱਗਿਆ ਹੋਇਆ, ਅਸੈਸਰੀ ਵਗੈਰਾ ਲੱਗੀ ਹੋਈ ਆ, ਬਹੁਤ ਸੋਹਣੀ। ਵੀਰੋ, ਇਹਦਾ ਜਿਹੜਾ ਸਾਈਜ਼ ਆ ਲੰਬੀ, ਇਹ ਇੱਥੋਂ ਲੈ ਕੇ ਸਿਰੇ ਤੱਕ 7 ਫੁੱਟ ਸਾਈਜ਼ ਹੈ ਇਹਦਾ। ਬਾਕੀ ਜਿਹੜੀ ਉੱਪਰੋਂ ਇਹਦਾ ਸਾਈਜ਼ ਹੈਗਾ ਉਹ ਹੈਗਾ 4.5 ਫੁੱਟ, ਔਰ ਜਿਹੜਾ ਥੱਲੋਂ ਬਿੱਡ ਦਾ ਸਾਈਜ਼ ਹੈਗਾ ਵਿੱਚੋਂ ਵਿੱਚੋਂ ਇਹਦਾ ਸਾਈਜ਼ 3.5 ਫੁੱਟ ਆ। ਤੁਸੀਂ ਆਪਣੇ ਅਕੋਰਡਿੰਗ ਭਰਾਵਾਂ ਨੂੰ ਜਿਹਨਾਂ ਨੂੰ ਕੋਈ ਲੋੜ ਆ, ਜਿੱਦਾਂ ਦੀ ਸਾਈਜ਼ ਦੀ ਰਿਕੁਆਇਰਮੈਂਟ ਹੋਊਗੀ ਆਪਾਂ ਤਿਆਰ ਕਰਾਂਗੇ ਜੀ, ਜਿੱਦਾਂ ਦੀ ਤੁਹਾਨੂੰ ਚਾਹੀਦਾ ਸਾਈਜ਼ ਉੱਦਾਂ ਦਾ ਤਿਆਰ ਹੋ ਜਾਊਗਾ ਜੀ। ਬਾਕੀ ਵੀਰੋ ਦੇਖ ਸਕਦੇ ਹੋ ਤੁਸੀਂ, ਇੱਥੇ ਵੀਰਾਂ ਦਾ ਸਰਨੇਮ ਸੀਗਾ ਉਹ ਲਗਾਇਆ ਗਿਆ ਹੈਗਾ। ਹਾਂਜੀ ਵੀਰੋ, ਜੇ ਆਪਾਂ ਇਹਨਾਂ ਦੇ ਟਾਇਰਾਂ ਦੀ ਗੱਲ ਕਰੀਏ ਤਾਂ 12-16-5 ਦੇ ਸਾਈਜ਼ ਦੇ ਇਹਦੇ ਚੌੜੇ ਟਾਇਰ ਨੇਗੇ। ਜਿਹੜਾ ਇਹਨਾਂ ਦਾ ਹਿੱਸਾ ਲੱਗਿਆ ਥੱਲੇ ਤੁਸੀਂ ਦੇਖ ਸਕਦੇ ਹੋਗੇ, ਇਹ 56 mm ਦਾ ਠੋਸ ਹਿੱਸਾ ਲੱਗਿਆ ਹੋਇਆ ਵੀਰੋ, ਤੁਸੀਂ ਦੇਖ ਸਕਦੇ ਹੋ ਹੈਵੀ ਡਿਊਟੀ। ਔਰ ਬਾਕੀ ਨਾਲ ਦੀ ਨਾਲ ਵੀਰੋ ਆਪਾਂ ਕਮਾਉਣੀਆਂ ਫਿੱਟ ਕੀਤੀਆਂ ਜੀਪ ਵਾਲੀਆਂ, ਤੁਹਾਡੀ ਚੋਇਸ ਆ ਤੁਸੀਂ ਲਵਾਉਣੀਆਂ ਤਾਂ ਆਰਡਰ ਦੇ ਅਕੋਰਡਿੰਗ ਆਪਾਂ ਉਸ ਤਰ੍ਹਾਂ ਤਿਆਰ ਕਰ ਦਿਆਂਗੇ। ਬਾਕੀ ਵੀਰੋ, ਜੇ ਕਿਸੇ ਵੀਰ ਦੀ ਕਿੱਦਾਂ ਦੀ ਵੀ ਰਿਕੁਆਇਰਮੈਂਟ ਆ ਟਾਇਰਾਂ ਦੀ, ਇੱਦੂ ਹੋਰ ਚੌੜੇ ਸਾਈਜ਼ ਪਾਉਣੇ ਆ ਮੈਰਲ ਵਗੈਰਾ ਦੇ ਜਾਂ ਯਕੋਮੋ ਕੰਪਨੀ ਵਗੈਰਾ ਦੇ, ਉਹ ਆਪਾਂ ਐਜ਼ ਆ ਤੁਹਾਡੀ ਰਿਕੁਆਇਰਮੈਂਟ ਦੇ ਆਪਾਂ ਉੱਦਾਂ ਦਾ ਤਿਆਰ ਕਰਕੇ ਦੇਵਾਂਗੇ ਟਰਾਲੀ ਜੀ। ਬਾਕੀ ਵੀਰੋ, ਬੈੱਡ ਤੁਸੀਂ ਉੱਪਰ ਉੱਚਾ ਲਵਾਉਣਾ ਜਾਂ ਜਿੱਦਾਂ ਵੀ ਤੁਸੀਂ ਮੋਡੀਫਿਕੇਸ਼ਨ ਚਾਹੁੰਦੇ ਹੋ ਕਿੱਦਾਂ ਦੀ ਕਰਾਉਣੀ ਆ, ਉਹ ਤੁਹਾਡੇ ਅਕੋਰਡਿੰਗ ਉੱਦਾਂ ਦੀ ਮੋਡੀਫਿਕੇਸ਼ਨ ਹੋ ਜਾਊਗੀ ਜੀ। ਬਾਕੀ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਟੂਲ ਲੱਗਿਆ ਇੱਕ, ਬਾਕੀ ਨਾਲ ਦੀ ਨਾਲ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਅਸੈਸਰੀ ਲੱਗੀ ਹੈਗੀ, ਬਹੁਤ ਸੋਹਣੀ ਲੁੱਕ ਦੇ ਰਹੀ ਹੈ ਸਾਰੀ ਅਸੈਸਰੀ ਟਰਾਲੀ ਨੂੰ। ਬਾਕੀ ਵੀਰੋ, ਕਈ ਵੀਰਾਂ ਦੀ ਚੋਇਸ ਹੁੰਦੀ ਆ ਕਿ ਘੱਟ ਬਜਟ ਦੇ ਵਿੱਚ ਜਾਂ ਛੋਟੇ ਸਾਈਜ਼ ਦੀ ਜਿੱਦਾਂ ਦੀ ਵੀ ਰਿਕੁਆਇਰਮੈਂਟ ਹੋਊਗੀ, ਸਕਰੀਨ 'ਤੇ ਦਿੱਤੇ ਨੰਬਰ 'ਤੇ ਜ਼ਰੂਰ ਕੰਟੈਕਟ ਕਰਿਓ। ਇਹ 5 ਫੁੱਟ ਤੋਂ ਲੈ ਕੇ 8 ਫੁੱਟ ਤੱਕ ਤਿਆਰ ਹੁੰਦੀਆਂ ਟਰਾਲੀਆਂ ਆਪਣੇ ਕੋਲ ਜੀਪ ਵਾਲੀਆਂ। ਜਿਵੇਂ ਕਿ ਤੁਸੀਂ ਘੱਟ ਵੇਟ ਦੇ ਵਿੱਚ ਜਿਵੇਂ 14 ਗੇਜ ਦੀ ਸ਼ੀਟ, ਹਲਕੀ ਸ਼ੀਟ ਲਵਾ ਸਕਦੇ ਹੋ, ਜਿਵੇਂ ਕਹਿ ਲਈਏ ਕਿ 6-16 ਦੇ ਟਾਇਰ ਆਉਂਦੇ ਨੇ ਸਪਰੇਅ ਪੰਪ ਵਾਲਿਆਂ, ਤੁਸੀਂ ਉਹ ਟਾਇਰ ਵੀ ਪਵਾ ਸਕਦੇ ਹੋਗੇ, ਤਾਂ ਥੋੜ੍ਹੇ ਘੱਟ ਬਜਟ ਦੇ ਵਿੱਚ ਵੀ ਆਪਾਂ ਟਰਾਲੀ ਤਿਆਰ ਕਰਕੇ ਦਿੰਦੇ ਹਾਂ ਜੀ ਆਪਾਂ। ਤਾਂ ਕਿੱਦਾਂ ਦੀ ਲੱਗੀ ਸਾਡੀ ਟਰਾਲੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰਿਓ। ਧੰਨਵਾਦ ਜੀ।